ਮਤਲਬ ਨਸ਼ਾ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਪਲਾਈ ਹੋਈ ਜਾਂਦਾ ਸੀ, ਸਪਲਾਈ ਕਰਨ ਜਾਂਦੇ ਸੀ ਤੇ ਚਾਰ ਬੰਦੇ ਸੀ ਜੱਲੂਪੁਰ ਦੇ। ਉਹ ਬੰਦੇ ਇਹਨਾਂ ਨੂੰ ਨਸ਼ਾ ਸਪਲਾਈ ਕਰ ਜਾਂਦੇ ਸੀ। ਉੱਥੇ ਕੁੜੀਆਂ ਵੀ ਸਪਲਾਈ ਹੋ ਰਹੀਆਂ ਸੀ, ਉੱਥੇ ਕੂਲ ਲਿਪਾਂ ਵੀ ਸਪਲਾਈ ਹੋ ਰਹੀਆਂ ਸੀ, ਉੱਥੇ ਸ਼ੀਸ਼ੀਆਂ ਵੀ ਸਪਲਾਈ ਹੋ ਰਹੀਆਂ ਸੀਗੀਆਂ। ਸਭ ਕੁਝ ਇਹ ਤੁਹਾਡੇ ਲਫ਼ਜ਼ ਨੇ, ਇਹ ਤੁਹਾਡੇ ਲਫ਼ਜ਼ ਨੇ। ਫਿਰ ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਗੁਰਦੁਆਰੇ ਰੱਖ ਕੇ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਰਹੇ ਸੀ। ਮਤਲਬ ਬਿਲਕੁਲ ਆਪਾਂ ਨੂੰ ਪਤਾ ਹੈ ਕਿ ਨਸ਼ੇੜੀ ਬੰਦਾ ਕਿਸੇ ਨੂੰ 2 ਮਹੀਨੇ, ਕਿਸੇ ਨੂੰ 4 ਮਹੀਨੇ, ਕਿਸੇ ਨੂੰ 6 ਮਹੀਨੇ ਲੱਗ ਜਾਂਦੇ ਆ ਕਿਸੇ ਵੀ ਚੀਜ਼ ਨੂੰ ਛੱਡਣ ਵਾਸਤੇ। ਨਸ਼ੇੜੀਆਂ ਨੂੰ ਲਿਆ ਕੇ ਪਹਿਲੇ ਹੀ ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਸੁੱਟਣਾ, ਇਹ ਕਿਹੜੀ ਅਕਲ ਦੀ ਗੱਲ ਆ? ਤੁਸੀਂ ਆਪ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਵਾ ਰਹੇ ਹੋ, ਨਸ਼ੇੜੀਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਰਹੇ ਹੋ। ਸ਼ਹੀਦੀ ਸ਼ੁਦੀ ਦੇਣ ਦੀ ਵਾਰੀ ਆਈ ਤਾਂ ਭੱਜ ਨਾ ਜਾਓ, ਮੈਨੂੰ ਸ਼ਕਲਾਂ ਯਾਦ ਰਹਿੰਦੀਆਂ, ਮੈਂ ਗਿੱਚੀਆਂ ਤੋਂ ਫੜ ਫੜ ਕੇ ਲਿਆਉਂ। ਸੰਤ ਭਿੰਡਰਾਂ ਵਾਲੇ ਨੇ ਛਾਤੀ ਤੇ ਗੋਲੇ ਖਾਧੇ ਸੀ। ਤੁਸੀਂ ਇਹ ਦੱਸ ਰਹੇ ਹੋ, ਤੁਹਾਡੇ ਲਫ਼ਜ਼ਾਂ 'ਚ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜਾ ਕੌਮ ਨੂੰ ਆਜ਼ਾਦ ਕਰਾਉਣਾ ਆ, ਸਿੱਖ ਕੌਮ ਨੂੰ ਆਜ਼ਾਦ ਕਰਾਉਣਾ ਆ, ਉਹਦੇ ਕੋਲੋਂ ਇੱਕ ਨਸ਼ਾ ਛੜੋ ਕੇਂਦਰ ਨਹੀਂ ਸਾਂਭਿਆ ਗਿਆ। ਤੁਸੀਂ ਆਪਣੇ ਲਫ਼ਜ਼ਾਂ 'ਚ ਇਹ ਕਹਿ ਰਹੇ ਹੋ, ਤੁਸੀਂ ਉਹਦੇ ਸਪੋਰਟਰ ਹੋ ਕਿ ਉਹਦੇ ਵਿਰੋਧੀ ਹੋ? ਸਪੋਰਟਰ ਆ ਯਾਰ, ਮੈਂ ਸਪੋਰਟਰ ਰਹੂੰਗਾ। ਤੁਸੀਂ ਤੁਸੀਂ ਬਾਈ ਜੀ, ਇਹ ਤੁਸੀਂ ਮਾਰੀ ਬਕਵਾਸ। ਤੁਸੀਂ ਜਾ ਕੇ ਇਤਿਹਾਸ ਦੇ ਸੂਰਮਿਆਂ ਦੇ ਉੱਤੇ ਆਪਣੀ ਕਮਜ਼ੋਰੀ ਰੱਖ ਰਹੇ ਹੋ। ਤੁਸੀਂ ਕਿਹਾ ਵੀ ਇਹ ਸਰਕਾਰੀ ਗੱਲਾਂ ਆ, ਤੁਸੀਂ ਕਿਹਾ ਵੀ ਇਹਨੂੰ ਸਰਕਾਰੀ ਪੈਸੇ ਮਿਲੇ ਆ, ਤੁਸੀਂ ਕਿਹਾ ਵੀ ਤੈਨੂੰ ਕਿੰਨੇ ਪੈਸੇ ਮਿਲੇ ਆ ਇਹ ਵੀਡੀਓ ਪਾਉਣ ਦੇ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਆ, ਜਿੱਦਾਂ ਉਹਦੇ ਨੀਲ ਪਏ ਆ, ਜਾਂ ਜਿੱਦਾਂ ਉਹਦੇ ਦੰਦ ਭੰਨੇ ਆ, ਜਾਂ ਜਿੱਦਾਂ ਉਹਦੇ ਡਾਂਗ ਦਿੱਤੀ ਆ, ਇਹ ਸਾਰਾ ਕੁਛ ਪਰਫਾਰਮ ਕਰਨ ਵਾਸਤੇ ਸੇਮ ਇੱਦਾਂ ਹੀ ਆਪਾਂ ਵੀਡੀਓ ਬਣਾਉਣੀ, ਤੁਸੀਂ ਕਿੰਨੇ ਪੈਸੇ ਚਾਰਜ ਕਰੋਗੇ? ਜਿਹਦੇ ਨਾਲ ਇਹ ਵਾਪਰਿਆ, ਜਿਹਦੇ ਡਾਂਗਾਂ ਦਿੱਤੀਆਂ ਗਈਆਂ, ਜਿਹਨੇ ਉੱਥੇ ਨਸ਼ਾ ਛੜਾਓ ਕੇਂਦਰ ਦੇ ਅੰਦਰ ਬੈਠ ਕੇ ਵੀਡੀਓ ਬਣਾਈਆਂ, ਤੁਸੀਂ ਉਹਨੂੰ ਕਿੱਦਾਂ ਕਹਿ ਰਹੇ ਹੋ ਕਿ ਉਹਨੇ ਸਰਕਾਰ ਤੋਂ ਪੈਸੇ ਲੈ ਕੇ ਕੀਤਾ? ਆਪਾਂ ਜਿਹੜੀਆਂ, ਮੈਂ ਹੁਣ ਭੇਡਾਂ ਲਫ਼ਜ਼ ਵਰਤੂੰਗਾ, ਭੇਡਾਂ ਨੇ ਢੋਈ ਨਹੀਂ ਲੱਗਣ ਦੇਣੀ ਕਿਸੇ ਵੀ ਪਾਸੇ। ਮਤਲਬ ਨਸ਼ਾ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਪਲਾਈ ਹੋਈ ਜਾਂਦਾ ਸੀ, ਸਪਲਾਈ ਕਰਨ ਜਾਂਦੇ ਸੀ ਤੇ ਚਾਰ ਬੰਦੇ ਸੀ ਜੱਲੂਪੁਰ ਦੇ। ਉਹ ਬੰਦੇ ਇਹਨਾਂ ਨੂੰ ਨਸ਼ਾ ਸਪਲਾਈ ਕਰ ਜਾਂਦੇ ਸੀ। ਉੱਥੇ ਕੁੜੀਆਂ ਵੀ ਸਪਲਾਈ ਹੋ ਰਹੀਆਂ ਸੀ, ਉੱਥੇ ਕੂਲ ਲਿਪਾਂ ਵੀ ਸਪਲਾਈ ਹੋ ਰਹੀਆਂ ਸੀ, ਉੱਥੇ ਸ਼ੀਸ਼ੀਆਂ ਵੀ ਸਪਲਾਈ ਹੋ ਰਹੀਆਂ ਸੀਗੀਆਂ। ਸਭ ਕੁਝ ਇਹ ਤੁਹਾਡੇ ਲਫ਼ਜ਼ ਨੇ, ਇਹ ਤੁਹਾਡੇ ਲਫ਼ਜ਼ ਨੇ। ਫਿਰ ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਗੁਰਦੁਆਰੇ ਰੱਖ ਕੇ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਰਹੇ ਸੀ। ਮਤਲਬ ਬਿਲਕੁਲ ਆਪਾਂ ਨੂੰ ਪਤਾ ਹੈ ਕਿ ਨਸ਼ੇੜੀ ਬੰਦਾ ਕਿਸੇ ਨੂੰ 2 ਮਹੀਨੇ, ਕਿਸੇ ਨੂੰ 4 ਮਹੀਨੇ, ਕਿਸੇ ਨੂੰ 6 ਮਹੀਨੇ ਲੱਗ ਜਾਂਦੇ ਆ ਕਿਸੇ ਵੀ ਚੀਜ਼ ਨੂੰ ਛੱਡਣ ਵਾਸਤੇ। ਨਸ਼ੇੜੀਆਂ ਨੂੰ ਲਿਆ ਕੇ ਪਹਿਲੇ ਹੀ ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਸੁੱਟਣਾ, ਇਹ ਕਿਹੜੀ ਅਕਲ ਦੀ ਗੱਲ ਆ? ਤੁਸੀਂ ਆਪ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਵਾ ਰਹੇ ਹੋ, ਨਸ਼ੇੜੀਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਰਹੇ ਹੋ। ਸ਼ਹੀਦੀ ਸ਼ੁਦੀ ਦੇਣ ਦੀ ਵਾਰੀ ਆਈ ਤਾਂ ਭੱਜ ਨਾ ਜਾਓ, ਮੈਨੂੰ ਸ਼ਕਲਾਂ ਯਾਦ ਰਹਿੰਦੀਆਂ, ਮੈਂ ਗਿੱਚੀਆਂ ਤੋਂ ਫੜ ਫੜ ਕੇ ਲਿਆਉਂ। ਸੰਤ ਭਿੰਡਰਾਂ ਵਾਲੇ ਨੇ ਛਾਤੀ ਤੇ ਗੋਲੇ ਖਾਧੇ ਸੀ। ਤੁਸੀਂ ਇਹ ਦੱਸ ਰਹੇ ਹੋ, ਤੁਹਾਡੇ ਲਫ਼ਜ਼ਾਂ 'ਚ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜਾ ਕੌਮ ਨੂੰ ਆਜ਼ਾਦ ਕਰਾਉਣਾ ਆ, ਸਿੱਖ ਕੌਮ ਨੂੰ ਆਜ਼ਾਦ ਕਰਾਉਣਾ ਆ, ਉਹਦੇ ਕੋਲੋਂ ਇੱਕ ਨਸ਼ਾ ਛੜੋ ਕੇਂਦਰ ਨਹੀਂ ਸਾਂਭਿਆ ਗਿਆ। ਤੁਸੀਂ ਆਪਣੇ ਲਫ਼ਜ਼ਾਂ 'ਚ ਇਹ ਕਹਿ ਰਹੇ ਹੋ,
ਇੱਕ ਆਪੇ ਤੁਸੀਂ ਉਹਦੇ ਸਪੋਰਟਰ ਹੋ ਕਿ ਉਹਦੇ ਵਿਰੋਧੀ ਹੋ? ਸਪੋਰਟਰ ਆ ਯਾਰ, ਮੈਂ ਸਪੋਰਟਰ ਸਪੋਰਟਰ ਰਹੂੰਗਾ। ਤੁਸੀਂ ਤੁਸੀਂ ਬਾਈ ਜੀ, ਇਹ ਤੁਸੀਂ ਮਾਰੀ ਬਕਵਾਸ। ਬਕਵਾਸ ਨਹੀਂ ਆ ਵੀਰ ਜੀ, ਬਕਵਾਸ ਮਾਰੀ ਤੁਸੀਂ ਕਿ ਇਤਿਹਾਸ, ਤੁਸੀਂ ਜਾ ਕੇ ਇਤਿਹਾਸ ਦੇ ਸੂਰਮਿਆਂ ਦੇ ਉੱਤੇ ਆਪਣੀ ਕਮਜ਼ੋਰੀ ਰੱਖ ਰਹੇ ਹੋ। ਤੁਸੀਂ ਕਿਹਾ ਵੀ ਇਹ ਸਰਕਾਰੀ ਗੱਲਾਂ ਆ, ਤੁਸੀਂ ਕਿਹਾ ਵੀ ਇਹਨੂੰ ਸਰਕਾਰੀ ਪੈਸੇ ਮਿਲੇ ਆ, ਤੁਸੀਂ ਕਿਹਾ ਵੀ ਤੈਨੂੰ ਕਿੰਨੇ ਪੈਸੇ ਮਿਲੇ ਆ ਇਹ ਵੀਡੀਓ ਪਾਉਣ ਦੇ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਆ, ਜਿੱਦਾਂ ਉਹਦੇ ਨੀਲ ਪਏ ਆ, ਜਾਂ ਜਿੱਦਾਂ ਉਹਦੇ ਦੰਦ ਭੰਨੇ ਆ, ਜਾਂ ਜਿੱਦਾਂ ਉਹਦੇ ਡਾਂਗ ਦਿੱਤੀ ਆ, ਇਹ ਸਾਰਾ ਕੁਛ ਪਰਫਾਰਮ ਕਰਨ ਵਾਸਤੇ ਸੇਮ ਇੱਦਾਂ ਹੀ ਆਪਾਂ ਵੀਡੀਓ ਬਣਾਉਣੀ, ਤੁਸੀਂ ਕਿੰਨੇ ਪੈਸੇ ਚਾਰਜ ਕਰੋਗੇ? ਜਿਹਦੇ ਡਾਂਗਾਂ ਦਿੱਤੀਆਂ ਗਈਆਂ, ਜਿਹਨੇ ਉੱਥੇ ਨਸ਼ਾ ਛੁਡਾਓ ਕੇਂਦਰ ਦੇ ਅੰਦਰ ਬੈਠ ਕੇ ਵੀਡੀਓ ਬਣਾਈਆਂ, ਤੁਸੀਂ ਉਹਨੂੰ ਕਿੱਦਾਂ ਕਹਿ ਰਹੇ ਹੋ ਕਿ ਉਹਨੇ ਸਰਕਾਰ ਤੋਂ ਪੈਸੇ ਲੈ ਕੇ ਕੀਤਾ? ਆਪਾਂ ਜਿਹੜੀਆਂ, ਮੈਂ ਹੁਣ ਭੇਡਾਂ ਲਫ਼ਜ਼ ਵਰਤੂੰਗਾ, ਭੇਡਾਂ ਨੇ ਢੋਈ ਨਹੀਂ ਲੱਗਣ ਦੇਣੀ ਕਿਸੇ ਵੀ ਪਾਸੇ। ਮਤਲਬ ਨਸ਼ਾ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਪਲਾਈ ਹੋਈ ਜਾਂਦਾ ਸੀ, ਸਪਲਾਈ ਕਰ ਜਾਂਦੇ ਸੀ। ਤੇ ਚਾਰ ਬੰਦੇ ਸੀ ਜੱਲੂਪੁਰ ਦੇ, ਉਹ ਬੰਦੇ ਇਹਨਾਂ ਨੂੰ ਨਸ਼ਾ ਸਪਲਾਈ ਕਰ ਜਾਂਦੇ ਸੀ। ਉੱਥੇ ਕੁੜੀਆਂ ਵੀ ਸਪਲਾਈ ਹੋ ਰਹੀਆਂ ਸੀ, ਉੱਥੇ ਕੂਲ ਲਿਪਾਂ ਵੀ ਸਪਲਾਈ ਹੋ ਰਹੀਆਂ ਸੀ, ਉੱਥੇ ਸ਼ੀਸ਼ੀਆਂ ਵੀ ਸਪਲਾਈ ਹੋ ਰਹੀਆਂ ਸੀਗੀਆਂ, ਸਭ ਕੁਝ। ਇਹ ਤੁਹਾਡੇ ਲਫ਼ਜ਼ ਨੇ, ਇਹ ਤੁਹਾਡੇ ਲਫ਼ਜ਼ ਨੇ। ਫਿਰ ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਗੁਰਦੁਆਰੇ ਰੱਖ ਕੇ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਰਹੇ ਸੀ, ਮਤਲਬ। ਬਿਲਕੁਲ, ਆਪਾਂ ਨੂੰ ਪਤਾ ਹੈ ਕਿ ਨਸ਼ੇੜੀ ਬੰਦਾ ਕਿਸੇ ਨੂੰ 2 ਮਹੀਨੇ, ਕਿਸੇ ਨੂੰ 4 ਮਹੀਨੇ, ਕਿਸੇ ਨੂੰ 6 ਮਹੀਨੇ ਲੱਗ ਜਾਂਦੇ ਆ ਕਿਸੇ ਵੀ ਚੀਜ਼ ਨੂੰ ਛੱਡਣ ਵਾਸਤੇ। ਨਸ਼ੇੜੀਆਂ ਨੂੰ ਲਿਆ ਕੇ ਪਹਿਲੇ ਹੀ ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਸੁੱਟਣਾ, ਇਹ ਕਿਹੜੀ ਅਕਲ ਦੀ ਗੱਲ ਆ? ਤੁਸੀਂ ਆਪ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਵਾ ਰਹੇ ਹੋ, ਨਸ਼ੇੜੀਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਰਹੇ ਹੋ। ਸ਼ਹੀਦੀ ਸ਼ੁਦੀ ਦੇਣ ਦੀ ਵਾਰੀ ਆਈ ਤਾਂ ਭੱਜ ਨਾ ਗਏ, ਮੈਨੂੰ ਸ਼ਕਲਾਂ ਯਾਦ ਰਹਿੰਦੀਆਂ, ਮੈਂ ਗਿੱਚੀਆਂ ਤੋਂ ਫੜ ਫੜ ਕੇ ਲਿਆਉਂ। ਸੰਤ ਭਿੰਡਰਾਂ ਵਾਲੇ ਨੇ ਛਾਤੀ ਤੇ ਗੋਲੇ ਖਾਧੇ ਸੀ। ਤੁਸੀਂ ਇਹ ਦੱਸ ਰਹੇ ਹੋ, ਤੁਹਾਡੇ ਲਫ਼ਜ਼ਾਂ 'ਚ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜਾ ਕੌਮ ਨੂੰ ਆਜ਼ਾਦ ਕਰਾਉਣਾ ਆ, ਸਿੱਖ ਕੌਮ ਨੂੰ ਆਜ਼ਾਦ ਕਰਾਉਣਾ ਆ, ਉਹਦੇ ਕੋਲੋਂ ਇੱਕ ਨਸ਼ਾ ਛੜੋ ਕੇਂਦਰ ਨਹੀਂ ਸਾਂਭਿਆ ਗਿਆ, ਤੁਸੀਂ ਆਪਣੇ ਲਫ਼ਜ਼ਾਂ 'ਚ ਇਹ ਕਹਿ ਰਹੇ ਹੋ? ਤੁਸੀਂ ਉਹਦੇ ਸਪੋਰਟਰ ਹੋ ਕਿ ਉਹਦੇ ਵਿਰੋਧੀ ਹੋ? ਸਪੋਰਟਰ ਆ ਯਾਰ, ਮੈਂ ਸਪੋਰਟਰ ਸਪੋਰਟਰ ਰਹੂੰਗਾ। ਤੁਸੀਂ ਤੁਸੀਂ ਬਾਈ ਜੀ, ਇਹ ਤੁਸੀਂ ਮਾਰੀ ਬਕਵਾਸ। ਤੁਸੀਂ ਜਾ ਕੇ ਇਤਿਹਾਸ ਦੇ ਸੂਰਮਿਆਂ ਦੇ ਉੱਤੇ ਆਪਣੀ ਕਮਜ਼ੋਰੀ ਰੱਖ ਰਹੇ ਹੋ। ਤੁਸੀਂ ਕਿਹਾ ਵੀ ਇਹ ਸਰਕਾਰੀ ਗੱਲਾਂ ਆ, ਤੁਸੀਂ ਕਿਹਾ ਵੀ ਇਹਨੂੰ ਸਰਕਾਰੀ ਪੈਸੇ ਮਿਲੇ ਆ, ਤੁਸੀਂ ਕਿਹਾ ਵੀ ਤੈਨੂੰ ਕਿੰਨੇ ਪੈਸੇ ਮਿਲੇ ਆ ਇਹ ਵੀਡੀਓ ਪਾਉਣ ਦੇ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਆ, ਜਿੱਦਾਂ ਉਹਦੇ ਨੀਲ ਪਏ ਆ, ਜਾਂ ਜਿੱਦਾਂ ਉਹਦੇ ਦੰਦ ਭੰਨੇ ਆ, ਜਾਂ ਜਿੱਦਾਂ ਉਹਦੇ ਡਾਂਗ ਦਿੱਤੀ ਆ, ਇਹ ਸਾਰਾ ਕੁਛ ਪਰਫਾਰਮ ਕਰਨ ਵਾਸਤੇ ਸੇਮ ਇੱਦਾਂ ਹੀ ਆਪਾਂ ਵੀਡੀਓ ਬਣਾਉਣੀ, ਤੁਸੀਂ ਕਿੰਨੇ ਪੈਸੇ ਚਾਰਜ ਕਰੋਗੇ? ਜਿਹਦੇ ਡਾਂਗਾਂ ਦਿੱਤੀਆਂ ਗਈਆਂ, ਜਿਹਨੇ ਉੱਥੇ ਨਸ਼ਾ ਛੁਡਾਓ ਕੇਂਦਰ ਦੇ ਅੰਦਰ ਬੈਠ ਕੇ ਵੀਡੀਓ ਬਣਾਈਆਂ, ਤੁਸੀਂ ਉਹਨੂੰ ਕਿੱਦਾਂ ਕਹਿ ਰਹੇ ਹੋ ਕਿ ਉਹਨੇ ਸਰਕਾਰ ਤੋਂ ਪੈਸੇ ਲੈ ਕੇ ਕੀਤਾ? ਆਪਾਂ ਜਿਹੜੀਆਂ, ਮੈਂ ਹੁਣ ਭੇਡਾਂ ਲਫ਼ਜ਼ ਵਰਤੂੰਗਾ, ਭੇਡਾਂ ਨੇ ਢੋਈ ਨਹੀਂ ਲੱਗਣ ਦੇਣੀ ਕਿਸੇ ਵੀ ਪਾਸੇ।